ਇੱਕ ਸ਼ਾਇਰ ਆ ਜਿਸ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ ਜਦੋਂ ਤੋਂ ਮੈਂ ਆਪਣੇ ਆਪ ਨੂੰ ਜਾਣਦਾ ਹਾਂ। ਸਾਡੇ ਦਾਇਰੇ ਦੇ ਕੁਛ ਲੋਕਾਂ ਨੂੰ ਸਵਰਨਜੀਤ ਸਵੀ, ਵਿਸ਼ਾਲ, ਅਮਰਜੀਤ ਕੌਂਕੇ, ਗੁਰਤੇਜ ਕੁਹਾਰ ਵਾਲਾ ਦਾਇਰੇ ਦੇ ਲੋਕਾਂ ਨੂੰ ਜਾਣਦਾ ਹਾਂ, ਉਵੇਂ ਹੀ ਮੈਂ ਉਸ ਸ਼ਾਇਰਾਂ ਨੂੰ ਜਾਣਦਾ ਹਾਂ। ਖਲਾਵਾਸੀ ਮੈਂ ਮੁਖਾਤਿਬ ਹਾਂ, ਸਵੀਕਾਰ ਤੋਂ ਬਾਅਦ ਇੰਜਣਾ ਮਿਲੀ ਬਾਰਿਸ਼ ਅੰਦਰੋਂ ਅੰਦਰ, ਪੀਂਗ ਪੌਣ ਤੜਾਗੀ ਮੀਰਾ ਵਰਗੀਆਂ ਕਿਤਾਬਾਂ ਦੀ ਲੇਖਿਕਾ, ਜਿਸਨੇ ਕਦੇ ਹਾਰਨਾ ਨਹੀਂ ਸਿੱਖਿਆ, ਜਿਸਨੇ ਕਦੇ ਖੜਨਾ ਨਹੀਂ ਸਿੱਖਿਆ, ਜਿਸ ਨੂੰ ਸਿਰਫ ਤੋਰ ਦੀ ਰਵਾਨਗੀ ਦੇ ਅਰਥ ਆਉਂਦੇ ਨੇ, ਜਿਸਨੇ ਇਕੱਲਿਆਂ ਰਹਿ ਕੇ ਆਪਣੇ ਆਪ ਨੂੰ ਜਿੰਦਾ ਰੱਖਿਆ, ਆਪਣੀ ਕਵਿਤਾ ਨੂੰ ਜਿੰਦਾ ਰੱਖਿਆ, ਤੁਹਾਡੇ ਸਾਰਿਆਂ ਦੇ ਮੋਹ ਸੁਨੇਹ ਨੂੰ ਜਿੰਦਾ ਰੱਖਿਆ, ਉਹ ਸ਼ਾਇਰਾ ਡਾਕਟਰ ਪਾਲ ਕੌਰ ਅੱਜ ਸਾਡੇ ਨਾਲ ਨੇ ਮੇਰੀ ਸਿਰਜਣ ਪ੍ਰਕਿਰਿਆ ਦੇ ਵਿਹੜੇ ਅੰਦਰ, ਅਤੇ ਉਹਨਾਂ ਦਾ ਮੈਂ ਸਵਾਗਤ ਕਰਦਾ ਡਾਕਟਰ ਸਰਬਜੀਤ ਸੋਹਲ ਹੋਰਾਂ ਵੱਲੋਂ ਅਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ। ਹੁਣ ਉਹ ਸਾਡੇ ਨਾਲ ਆਪਣੀਆਂ ਨਜ਼ਮਾਂ ਸਾਂਝੀਆਂ ਕਰਨਗੇ, ਆਪਣੇ ਬਹੁਤ ਲੰਬੇ ਤਜ਼ਰਬੇ ਨੂੰ ਖੁੱਲ੍ਹ ਕੇ ਸਾਡੇ ਨਾਲ ਸਾਂਝਾ ਕਰਨਗੇ, ਸਾਡਿਆਂ ਸਵਾਲਾਂ ਦਾ ਜਵਾਬ ਬਣਨਗੇ, ਅਤੇ ਆਪਣੇ ਜਵਾਬ ਦੇ ਵਿੱਚ ਕੁਛ ਨਾ ਕੁਛ ਸਵਾਲ ਲੈ ਕੇ ਸਾਡੇ ਕੋਲ ਜਾਣਗੇ, ਜਿਨ੍ਹਾਂ ਨੂੰ ਅਸੀਂ ਕਦੇ ਫੇਰ ਸਾਂਝੇ ਕਰਾਂਗੇ। ਡਾਕਟਰ ਪਾਲ ਕੌਰ, ਤੁਹਾਡਾ ਸਵਾਗਤ ਹੈ, ਤੁਹਾਡੀ ਸ਼ੁਰੂਆਤ ਹੈ, ਜੀ ਆਇਆਂ। ਥੈਂਕ ਯੂ। ਮੈਂ ਵੱਖਰੇ ਵੱਖਰੇ ਰੰਗ ਦੀਆਂ ਤਿੰਨ ਨਜ਼ਮਾਂ ਪੜ੍ਹਾਂਗੀ। ਪਹਿਲੀ ਨਜ਼ਮ ਹੈ ਸੈਂਡਲ ਪਾਉਂਦਿਆਂ, ਕਿ ਮੈਨੂੰ ਪੈਰਾਂ 'ਚ ਸਦਾ ਕੱਸ ਕੇ ਬੱਜੀ ਜੁੱਤੀ ਹੀ ਚੰਗੀ ਲੱਗੀ ਹੈ। ਮੈਨੂੰ ਪੈਰਾਂ 'ਚ ਸਦਾ ਕੱਸ ਕੇ ਬੱਜੀ ਜੁੱਤੀ ਹੀ ਚੰਗੀ ਲੱਗੀ ਹੈ, ਭਾਵੇਂ ਹੁਣ ਟਕ ਟਕ ਵੱਜਦੇ ਸੈਂਡਲ ਪਾਉਣ ਜੋਗੀ ਨਹੀਂ ਰਹੀ, ਭਾਵੇਂ ਹੁਣ ਟਕ ਟਕ ਵੱਜਦੇ ਸੈਂਡਲ ਪਾਉਣ ਜੋਗੀ ਨਹੀਂ ਰਹੀ, ਪਰ ਬਿਨ ਵੱਜੇ ਤਾਂ ਪੈਰ ਵਾਵਲੇ ਹੋ ਜਾਂਦੇ ਨੇ। ਬਹੁਤ ਲੰਬੀ ਵੱਡੀ ਗੱਲ, ਪਰ ਬਿਨ ਵੱਜੇ ਤਾਂ ਪੈਰ ਵਾਵਲੇ ਹੋ ਜਾਂਦੇ ਨੇ, ਪਰ ਸੈਂਡਲਾਂ ਦੀਆਂ ਵਧਰੀਆਂ ਕੁਝ ਦਿਨਾਂ ਮਗਰੋਂ ਹੀ ਪੈ ਜਾਂਦੀਆਂ ਨੇ ਢਿੱਲੀਆਂ, ਤੇ ਮੰਗਣ ਲੱਗਦੀਆਂ ਨੇ ਨਵੀਂ ਮੋਰੀ। ਪਰ ਸੈਂਡਲਾਂ ਦੀਆਂ ਵਧਰੀਆਂ ਕੁਝ ਦਿਨਾਂ ਮਗਰੋਂ ਹੀ ਪੈ ਜਾਂਦੀਆਂ ਨੇ ਢਿੱਲੀਆਂ, ਤੇ ਮੰਗਣ ਲੱਗਦੀਆਂ ਨੇ ਨਵੀਂ ਮੋਰੀ। ਕਈ ਵਾਰ ਤਾਂ ਮੁੱਕ ਜਾਂਦੀਆਂ ਨੇ ਵਧਰਾਂ ਦੀਆਂ ਮੋਰੀਆਂ ਵੀ, ਤੇ ਵਧਰਾਂ ਮੇਰੀਆਂ ਅੱਡੀਆਂ ਚੋਂ ਨਿਕਲ ਨਿਕਲ ਜਾਂਦੀਆਂ। ਕਈ ਸੈਂਡਲਾਂ ਦੀਆਂ ਵਧਰੀਆਂ ਦੇ ਕੰਡੇਦਾਰ ਸਿਰੇ ਇੱਕ ਦੂਜੇ 'ਚ ਰਲ ਚਿਪਕ ਜਾਂਦੇ, ਕਈ ਸੈਂਡਲਾਂ ਦੀਆਂ ਵਧਰੀਆਂ ਦੇ ਕੰਡੇਦਾਰ ਸਿਰੇ ਇੱਕ ਦੂਜੇ 'ਚ ਰਲ ਚਿਪਕ ਜਾਂਦੇ, ਪਰ ਜਦੋਂ ਖੁੱਲ੍ਹਦੇ ਕੁਝ ਪਾਟ ਜਾਣ ਦਾ ਅਹਿਸਾਸ ਹੁੰਦਾ। ਹਰ ਵਾਰ ਸੈਂਡਲ ਪਾਉਂਦਿਆਂ ਔਖੀ ਜਿਹੀ ਹੋ ਕੇ ਵਧਰੀਆਂ ਕੱਸਦਿਆਂ ਸੋਚਦੀ ਹਾਂ ਕਿ ਹਰ ਵਾਰ ਸੈਂਡਲ ਪਾਉਂਦਿਆਂ ਔਖੀ ਜਿਹੀ ਹੋ ਕੇ ਵਧਰੀਆਂ ਕੱਸਦਿਆਂ ਸੋਚਦੀ ਹਾਂ, ਹੁਣ ਤਾਂ ਘਟਦੀ ਜਾਂਦੀ ਹੈ ਯਾਤਰਾ ਵੀ, ਕਿਉਂ ਨਾ ਬਦਲਦਿਆਂ ਇਹ ਤੌਰ ਇਹ ਸੈਂਡਲ, ਕਿੱਧਰ ਤੁਰ ਜਾਣਗੇ ਪੈਰ ਆਖਰ ਵਾਵਲੇ ਹੋ ਕੇ ਵੀ। ਹਰ ਵਾਰ ਸੈਂਡਲ ਪਾਉਂਦਿਆਂ ਔਖੀ ਜਿਹੀ ਹੋ ਕੇ ਵਧਰੀਆਂ ਕੱਸਦਿਆਂ ਸੋਚਦੀ ਹਾਂ, ਹੁਣ ਤਾਂ ਘਟਦੀ ਜਾਂਦੀ ਹੈ ਯਾਤਰਾ ਵੀ, ਕਿਉਂ ਨਾ ਬਦਲਦਿਆਂ ਇਹ ਤੌਰ ਇਹ ਸੈਂਡਲ, ਕਿੱਧਰ ਤੁਰ ਜਾਣਗੇ ਆ ਪੈਰ ਆਖਿਰ ਵਾਵਲੇ ਹੋ ਕੇ, ਪਰ ਹਰ ਵਾਰ ਫਿਰ ਖਰੀਦ ਲਿਆਉਂਦੀ ਹਾਂ ਵਧਰੀਆਂ ਵਾਲੀ ਸੈਂਡਲ, ਪਰ ਹਰ ਵਾਰ ਫਿਰ ਖਰੀਦ ਲਿਆਉਂਦੀ ਹਾਂ ਵਧਰੀਆਂ ਵਾਲੀ ਸੈਂਡਲ।
ਅਗਲੀ ਜੋ ਨਜ਼ਮ ਹੈ ਉਹ ਹੈ ਖਿਡਾਰੀ। ਇਹ ਮੇਰਾ ਆਪਣਾ ਅਨੁਭਵ ਹੈ, ਇੱਕ ਕੰਮਕਾਜੀ ਔਰਤ ਦਾ ਅਨੁਭਵ ਹੈ ਕਿ ਜਦੋਂ ਵੀ ਜਾਂਦੀ ਹਾਂ ਉਹਦੇ ਸਾਹਮਣੇ ਲੱਗਦਾ ਹੈ ਉਹਦੇ ਧੜ 'ਤੇ ਕੋਈ ਸਿਰ ਨਹੀਂ। ਜਦੋਂ ਵੀ ਜਾਂਦੀ ਹਾਂ ਉਹਦੇ ਸਾਹਮਣੇ ਲੱਗਦਾ ਹੈ ਉਹਦੇ ਧੜ 'ਤੇ ਕੋਈ ਸਿਰ ਨਹੀਂ। ਉਹ ਮੇਜ਼ 'ਤੇ ਪੇਪਰ ਵੇਟ ਘੁਮਾਉਂਦਾ ਹੈ ਤਾਂ ਪੇਪਰ ਵੇਟ ਵਿਚਲਾ ਫੁੱਲ ਆਪਣੀ ਪਛਾਣ ਗੁਆ ਬਹਿੰਦਾ ਹੈ। ਉਹ ਮੇਜ਼ 'ਤੇ ਪੇਪਰ ਵੇਟ ਘੁਮਾਉਂਦਾ ਹੈ ਤਾਂ ਪੇਪਰ ਵੇਟ ਵਿਚਲਾ ਫੁੱਲ ਆਪਣੀ ਪਛਾਣ ਗੁਆ ਬਹਿੰਦਾ ਹੈ। ਉਹਦੀਆਂ ਅੱਖਾਂ 'ਚੋਂ 9 ਦੇ 9 ਰਸ ਟਪਕਦੇ ਨੇ ਅਤੇ ਉਹ ਵਾਰੀ ਵਾਰੀ ਸੁਰ ਬਦਲ ਬਦਲ ਕਹਿੰਦਾ ਹੈ ਮੈਂ ਤੇਰਾ ਹਾਂ। ਉਹਦੀਆਂ ਅੱਖਾਂ 'ਚੋਂ 9 ਦੇ 9 ਰਸ ਟਪਕਦੇ ਨੇ ਅਤੇ ਉਹ ਵਾਰੀ ਵਾਰੀ ਸੁਰ ਬਦਲ ਬਦਲ ਕਹਿੰਦਾ ਹੈ ਮੈਂ ਤੇਰਾ ਹਾਂ। ਇੱਕ ਹੱਥ ਨਾਲ ਫਾਈਲ 'ਤੇ ਦਸਤਖਤ ਕਰਦਾ, ਦੂਜੇ ਨਾਲ ਫੋਨ ਫੜ ਸੁਣਦਾ, ਮੇਰੀਆਂ ਅੱਖਾਂ ਵਿਚਲੇ ਸਵਾਲ ਨੂੰ ਪੜ੍ਹਦਿਆਂ ਹੀ ਦੁਹਰਾਉਂਦਾ ਹੈ ਉਹ ਰੀਅਲੀ ਆਈ ਐਮ ਸਿੰਸੀਅਰਲੀ ਯੋਰਸ। ਕਹਿੰਦੀ ਹਾਂ ਸ਼ਬਦਾਂ ਨੂੰ ਤਾਂ ਮਾਫ਼ ਕਰ ਦਿਓ ਜਨਾਬ, ਸ਼ਬਦ ਤਾਂ ਤੁਹਾਡੇ ਕਰਮਚਾਰੀ ਨਹੀਂ। ਕਹਿੰਦੀ ਹਾਂ ਸ਼ਬਦਾਂ ਨੂੰ ਤਾਂ ਮਾਫ਼ ਕਰ ਦਿਓ ਜਨਾਬ, ਸ਼ਬਦ ਤਾਂ ਤੁਹਾਡੇ ਕਰਮਚਾਰੀ ਨਹੀਂ। ਉਹ ਹੱਸਦਾ ਹੈ ਬੜਾ ਸੁਲਝਿਆ ਹਾਸਾ ਅਤੇ ਘੰਟੀ ਮਾਰ ਤੋੜਦਾ ਹੈ ਫਾਈਲ ਅੱਗੇ। ਉਹ ਹੱਸਦਾ ਹੈ ਬੜਾ ਸੁਲਝਿਆ ਹਾਸਾ ਅਤੇ ਘੰਟੀ ਮਾਰ ਤੋੜਦਾ ਹੈ ਫਾਈਲ ਅੱਗੇ। ਜਦੋਂ ਵੀ ਆਉਂਦੀ ਹਾਂ ਉੱਠ ਕੇ ਉਸ ਕੋਲੋਂ ਸੋਚਦੀ ਹਾਂ ਖੌਰੇ ਕਿੰਨੇ ਸਿਰ ਨੇ ਇਸ ਬੰਦੇ ਦੇ, ਅਤੇ ਜਦੋਂ ਵੀ ਉੱਠ ਕੇ ਆਉਂਦੀ ਹਾਂ ਉਸ ਕੋਲੋਂ ਤਾਂ ਸੋਚਦੀ ਹਾਂ ਖੌਰੇ ਕਿੰਨੇ ਸਿਰ ਨੇ ਇਸ ਬੰਦੇ ਦੇ। ਇਹ ਤੀਸਰੀ ਮੇਰੀ ਨਜ਼ਮ ਜੋ ਹੈ, ਇਹ ਨਵੀਂ ਨਜ਼ਮ ਹੈ ਮੇਰੀ, ਇਹ ਅੱਜ ਦੇ ਹਾਲਾਤ ਉੱਤੇ। ਇਹਦਾ ਨਾਮ ਹੈ ਸੱਚ। ਕਿ ਜੇ ਮੈਂ ਆਖਾਂ ਜੋ ਦਿਸਦਾ ਹੈ ਉਹ ਸੱਚ ਨਹੀਂ, ਜੋ ਸੱਚ ਹੈ ਉਹ ਦਿਸਦਾ ਨਹੀਂ। ਜੇ ਮੈਂ ਆਖਾਂ ਕਿ ਜੋ ਦਿਸਦਾ ਹੈ ਉਹ ਸੱਚ ਨਹੀਂ, ਜੋ ਸੱਚ ਹੈ ਉਹ ਦਿਸਦਾ ਨਹੀਂ, ਤਾਂ ਕੁਝ ਦੋਸਤ ਮੈਨੂੰ ਅਧਿਆਤਮਵਾਦੀ, ਰਹੱਸਵਾਦੀ ਅਤੇ ਸ਼ਾਇਦ ਪਲਾਇਨਵਾਦੀ ਕਹਿ ਦੇਣਗੇ। ਪਰ ਰੋਜ਼ ਸੂਰਜ ਚੜ੍ਹਦਾ ਹੈ ਤਾਂ ਡਰ ਜਾਂਦੀ ਹਾਂ ਕਿ ਪਤਾ ਨਹੀਂ ਅੱਜ ਕਿਸ ਨੁੱਕਰ ਵਿੱਚ ਹਨੇਰਾ ਮੱਚੇਗਾ। ਪਰ ਰੋਜ਼ ਸੂਰਜ ਚੜ੍ਹਦਾ ਹੈ ਤਾਂ ਡਰ ਜਾਂਦੀ ਹਾਂ ਕਿ ਪਤਾ ਨਹੀਂ ਅੱਜ ਕਿਸ ਨੁੱਕਰ ਵਿੱਚ ਹਨੇਰ ਮੱਚੇਗਾ, ਕਿਸ ਨੁੱਕਰ ਵਿੱਚ ਹਾਕਮ ਕਿਸ ਰੰਗ ਕਿਸ ਵੰਨ ਦੀ ਪਗੜੀ ਪਾਵੇਗਾ, ਜਮਹੂਰੀਅਤ ਦੇ ਸੰਭਾਵੀ ਸ਼ਬਦਾਂ ਦਾ ਨਾਚ ਨਚਾਵੇਗਾ ਅਤੇ ਜਾਂਦਾ ਜਾਂਦਾ ਪਗੜੀਆਂ ਦਾ ਢੇਰ ਲੈ ਜਾਵੇਗਾ। ਕਿ ਕਿਸ ਨੁੱਕਰ ਵਿੱਚ ਹਾਕਮ ਕਿਸ ਰੰਗ ਕਿਸ ਵੰਨ ਦੀ ਪਗੜੀ ਪਾਵੇਗਾ, ਜਮਹੂਰੀਅਤ ਦੇ ਸੰਭਾਵੀ ਸ਼ਬਦਾਂ ਦਾ ਨਾਚ ਨਚਾਵੇਗਾ ਅਤੇ ਜਾਂਦਾ ਜਾਂਦਾ ਪਗੜੀਆਂ ਦਾ ਢੇਰ ਲੈ ਜਾਵੇਗਾ। ਰੰਗ ਨਾਲ ਰੰਗ, ਝੰਡੇ ਨਾਲ ਝੰਡਾ, ਲਫ਼ਜ਼ ਨਾਲ ਲਫ਼ਜ਼, ਰੰਗ ਨਾਲ ਰੰਗ, ਝੰਡੇ ਨਾਲ ਝੰਡਾ, ਲਫ਼ਜ਼ ਨਾਲ ਲਫ਼ਜ਼ ਟਕਰਾਉਂਦਾ ਹੈ ਅਤੇ ਉਹ ਬਾਜ਼ੀ ਹੂੰਝ ਕੇ ਲੈ ਜਾਂਦਾ ਹੈ। ਨਾ ਗਜ਼ਨੀ, ਨਾ ਗੌਰੀ, ਨਾ ਬਾਬਰ, ਨਾ ਅਬਦਾਲੀ ਅਤੇ ਨਾ ਹੀ ਗੋਰਾ ਨਜ਼ਰ ਆਉਂਦਾ ਹੈ, ਪਰ ਚਿੜੀ ਦਾ ਪੰਖ ਪੰਖ ਲੁੱਟਿਆ ਜਾ ਰਿਹਾ ਹੈ, ਨਹਿਰੂ ਗਾਂਧੀ ਦਾ ਬੁੱਤ ਮੁਸਕਰਾ ਰਿਹਾ ਹੈ। ਨਹੀਂ ਵਿਕਦੇ ਬੰਦੇ ਅਤੇ ਨਾ ਹੀ ਵਿਕਣ ਵਸਤਾ ਹੁਣ, ਨਹੀਂ ਵਿਕਦੇ ਬੰਦੇ ਅਤੇ ਨਾ ਹੀ ਵਿਕਣ ਵਸਤਾ ਹੁਣ, ਹੁਣ ਤਾਂ
ਉਹ ਕਲਮਾਂ ਕਲਾਵਾਂ ਅਤੇ ਸੋਚਾਂ ਦੇ ਢੇਰ ਉੱਪਰ ਬੈਠਾ ਆਪਣੀ ਡੁਗਡੁਗੀ ਵਜਾਉਂਦਾ ਹੈ, ਉੱਠੇ ਕੋਈ ਉਂਗਲ ਤਾਂ ਛਾਂਗ ਦਿੱਤੀ ਜਾਵੇ ਕਿ ਹੁਣ ਤਾਂ ਉਹ ਕਲਮਾਂ ਕਲਾਵਾਂ ਅਤੇ ਸੋਚਾਂ ਦੇ ਢੇਰ ਉੱਪਰ ਬੈਠਾ ਆਪਣੀ ਡੁਗਡੁਗੀ ਵਜਾਉਂਦਾ ਹੈ, ਉੱਠੇ ਕੋਈ ਉਂਗਲ ਤਾਂ ਛਾਂਗ ਦਿੱਤੀ ਜਾਵੇ। ਚਿੱਕੜ 'ਚ ਉਤਰੇ ਕਰਿੰਦੇ ਮਾਰ ਮਾਰ ਪੈਰ ਚਿੱਕੜ ਉਡਾਉਂਦੇ ਅਤੇ ਚਿੱਕੜ 'ਚੋਂ ਕਿਸੇ ਫੁੱਲ ਦੇ ਸੋਹਲੇ ਪੈਗਾਉਂਦੇ ਕਿ ਚਿੱਕੜ 'ਚ ਉਤਰੇ ਕਰਿੰਦੇ ਮਾਰ ਮਾਰ ਪੈਰ ਚਿੱਕੜ ਉਡਾਉਂਦੇ ਅਤੇ ਚਿੱਕੜ 'ਚੋਂ ਕਿਸੇ ਫੁੱਲ ਦੇ ਸੋਹਲੇ ਪੈਗਾਉਂਦੇ। ਹੁਣ ਕੁੱਤੇ ਅਖਵਾਉਂਦੇ ਅਸੀਲ ਸ਼ੀਂ ਸ਼ੀਂ ਨਾ ਕਹਾਉਂਦੇ ਹੁਣ ਕੁੱਤੇ ਅਖਵਾਉਂਦੇ ਅਸੀਲ ਸ਼ੀਂ ਸ਼ੀਂ ਨਾ ਕਹਾਉਂਦੇ ਖੌਰੇ ਮੈਂ ਹੀ ਪਈ ਬੋਲਾਂ ਹਰਖੇ ਜੇ ਬੋਲ ਕੀ ਦਾਵਾ ਸੱਚ ਦਾ ਸੱਚ ਤਾਂ ਉਹ ਜੋ ਨਹੀਂ ਦਿਸਦਾ ਅਤੇ ਜੋ ਦਿਖਾਇਆ ਜਾ ਰਿਹਾ ਹੈ ਉਹ ਸੱਚ ਨਹੀਂ। ਹਾਂ ਉਹ ਇਸ ਵੇਲੇ ਨਜ਼ਮ ਹੋਵੇ ਤਾਂ ਸਾਰੇ ਲਈ ਉਹ ਪੜ੍ਹੀ ਹੋਈ ਆ ਨਾਗਮਣੀ 'ਚ ਚੱਲੀ ਸੀਗੀ ਅਤੇ ਅੱਜ ਵੀ ਉਹ ਯਾਨੀ ਮੇਰੇ ਚੇਤੇ ਅੱਜ ਸਾਡੇ ਪਹੁੰਚਾਉਂਦਾ ਅਤੇ ਜੇ ਉਹ ਵੀ ਸਾਂਝੀ ਕਰ ਦਿਉ ਤਾਂ ਬਹੁਤ ਵਧੀਆ। ਉਹਦੀ ਕੁਛ ਲਾਈਨਾਂ ਮੈਨੂੰ ਯਾਦ ਜਿਹੜੀਆਂ ਹੈਗੀਆਂ ਇਸ ਵੇਲੇ ਹੈ ਨਹੀਂ ਮੇਰੇ ਕੋਲ। ਜਿਹੜੀ ਤੁਸੀਂ ਪਹਿਲੀ ਕਵਿਤਾ ਸੁਣਾਈ ਸੈਂਡਲ ਵਾਲੀ ਉਹ ਤੁਹਾਡੇ ਮਨ 'ਚ ਕਿਵੇਂ ਖਿਆਲ ਆਇਆ? ਉਹਦੇ ਪੌਦੇ ਜਾਣਦੇ ਆ ਇੱਕ ਇਸ ਤਰ੍ਹਾਂ ਆ। ਅੱਛਾ ਚਲੋ ਠੀਕ ਬਸ ਇਹ ਸੈਂਡਲ ਪਾਉਂਦਿਆਂ ਹੀ ਖਿਆਲ ਆਇਆ ਮੇਰੇ ਐਕਚੁਅਲੀ ਨਾ ਹੀ ਇਹਦਾ ਇਹੀ ਹੈ ਐਕਚੁਅਲੀ ਮੇਰੇ ਮੇਰੀ ਜਿਹੜੀ ਸਿਰਜਣ ਪ੍ਰਕਿਰਿਆ ਹੈ ਉਹਦੀ ਪ੍ਰਕਿਰਿਆ ਇਹੀ ਹੈ ਕਿ ਮੇਰੇ ਦੁੱਖ ਖਿਆਲ ਕੋਈ ਚੱਲਦਾ ਰਹਿੰਦਾ ਦਿਮਾਗ 'ਚ ਬਈ ਇਹਦੇ ਉੱਤੇ ਕਵਿਤਾ ਬਈ ਇਸ ਖਿਆਲ ਨੂੰ ਕਵਿਤਾ 'ਚ ਆਉਣਾ ਚਾਹੀਦਾ ਅਤੇ ਉਹ ਫਿਰ ਕੋਈ ਮੈਟਾਫਰ ਜਿਹੜਾ ਹੈ ਉਹ ਮੈਨੂੰ ਜਦੋਂ ਉਹਦੇ ਨਾਲ ਮਿਲਦਾ ਮਿਲ ਜਾਂਦਾ ਹੈ ਅਤੇ ਫਿਰ ਕਵਿਤਾ ਲਿਖੀ ਜਾਂਦੀ ਮੇਰੀ ਨਹੀਂ ਤਾਂ ਕਈ ਕਈ ਵਾਰੀ ਅੰਦਰ ਹੀ ਚੱਲਦੀ ਰਹਿੰਦੀ। ਮੈਨੂੰ ਇਹ ਦੱਸੋ ਕਿ ਉਹ ਕਿਹੜਾ ਪਲ ਸੀ ਜਦੋਂ ਮਤਲਬ ਕਿ ਜਿਸ ਪਲ ਨੇ ਤੁਹਾਨੂੰ ਇੱਥੇ ਤੱਕ ਪਹੁੰਚਾ ਦਿੱਤਾ ਕਿ ਜਦੋਂ ਤੁਸੀਂ ਪਹਿਲੀ ਰਚਨਾ ਲਿਖੀ ਅਤੇ ਉਦੋਂ ਪਿੱਛੋਂ ਫਿਰ ਰਚਨਾਵਾਂ ਲਿਖਦੀ ਚਲੇ ਲਿਖਦੀ ਚਲੇ ਗਏ। ਇਹਦੀ ਬਿਲਕੁਲ ਵੱਖਰੀ ਜਿਹੀ ਯਾਤਰਾ। ਮੇਰੇ ਜਿਹੜੇ ਫਾਦਰ ਸੀਗੇ ਉਹ ਕਵੀ ਸੀਗੇ, ਧਾਰਮਿਕ ਕਵਿਤਾ ਲਿਖਦੇ ਸੀ ਅਤੇ ਉਹ ਘਰ ਦੇ ਵਿੱਚ ਮਤਲਬ ਉਹਨਾਂ ਦੀ ਕਵਿਤਾਵਾਂ ਦੀ ਗੱਲ ਹੁੰਦੀ ਸੀ ਹਮੇਸ਼ਾ। ਮੈਂ ਲਿਖਿਆ ਆਪਣੀ ਸਵੈ ਜੀਵਨੀ 'ਚ ਵੀ ਲਿਖਿਆ ਸੀ ਕਿ ਵੀ ਮੈਂ ਪਹਿਲੀ ਕਵਿਤਾ ਜੋ ਗੁਰਦੁਆਰੇ ਦਾ ਨਗਰ ਕੀਰਤਨ ਵੱਲਦਾ ਉਹਦੀ ਬੱਸ ਤੋਂ ਪੜ੍ਹੀ ਸੀਗੀ। ਮੇਰੇ ਆਪਣੇ ਫਾਦਰ ਦੀ ਲਿਖੀ ਹੋਈ ਕਵਿਤਾ ਸੀਗੀ ਅਤੇ ਉਸ ਬੱਸ ਤੋਂ ਮੈਂ ਉਹ ਕਵਿਤਾ ਪੜ੍ਹੀ ਸੀ ਅਤੇ ਫਿਰ ਉਸ ਤੋਂ ਬਾਅਦ ਜਿਹੜੇ ਮੇਰੇ ਬ੍ਰਦਰ ਸੀਗੇ ਉਹ ਕਾਮਰੇਡ ਸੀਗੇ ਉਹਨਾਂ ਨੇ ਮੈਂ ਹਾਲੇ ਤੀਜੀ ਚੌਥੀ 'ਚ ਪੜ੍ਹਦੀ ਸੀ ਅਤੇ ਉਹਨਾਂ ਨੇ ਘਰ ਦੇ ਵਿੱਚ ਪ੍ਰੀਤ ਲੜੀ ਆਉਂਦੀ ਸੀ, ਹੋਰ ਮੈਗਜ਼ੀਨ ਆਉਂਦੇ ਸੀ, ਉਹਨਾਂ ਦੀਆਂ ਕਿਤਾਬਾਂ ਸੀ ਅਤੇ ਉਹ ਮੈਂ ਆਪਣੀਆਂ ਕਿਤਾਬਾਂ ਦੇ ਵਿੱਚ ਮੈਨੂੰ ਪੜ੍ਹਨ ਨਹੀਂ ਸੀ ਦਿੰਦੇ। ਮੇਰੀ ਮਾਂ ਕਹਿੰਦੀ ਸੀ ਵੀ ਇਹ ਕੌਮ ਨਸ਼ਟ ਹੈ, ਮੁੰਡਾ ਸਾਡਾ ਕੌਮ ਨਸ਼ਟ ਹੈ ਇਹ ਅਤੇ ਕੌਮ ਨਸ਼ਟ। ਹਾਂ ਅਤੇ ਉਹ ਫਿਰ ਮੈਂ ਉਹ ਮਤਲਬ ਮੈਨੂੰ ਤਾਂ ਕੀ ਪੜ੍ਹਨ ਦੇਣਾ ਸੀ ਉਹਨਾਂ ਨੇ, ਉਹ ਫਿਰ ਮੈਂ ਆਪਦੀ ਕਿਤਾਬਾਂ ਦੇ ਵਿੱਚ ਚੋਰੀ ਚੋਰੀ ਰੱਖ ਕੇ ਪੜ੍ਹਦੀ ਸੀਗੀ, ਪ੍ਰੀਤ ਲੜੀ ਇੱਦਾਂ ਪੜ੍ਹਨੀ ਸ਼ੁਰੂ ਕੀਤੀ। ਲੇਕਿਨ ਮੇਰੇ ਅੰਦਰਲੇ ਜਿਹੜੇ ਅਹਿਸਾਸ ਸੀ ਮੇਰੇ ਘਰ ਦੇ ਵਿੱਚ ਜੋ ਇੱਕ ਕੁੜੀ ਹੋਣ ਦੀ ਮਤਲਬ ਮੈਂ 6ਵੀਂ ਧੀ ਸੀ ਉਹਨਾਂ ਦੀ ਅਤੇ ਜਿਹੜੇ ਘਰਾਂ ਦੇ ਵਿੱਚ ਵਿਤਕਰੇ ਆਮ ਤੌਰ 'ਤੇ ਕੁੜੀਆਂ ਨਾਲ ਹੁੰਦੇ ਨੇ ਉਹ ਸਾਰੇ ਵੇਖੇ ਮੈਂ, ਮੇਰੇ ਜਨਮ ਵੇਲੇ ਦੀਆਂ ਜਿਹੜੀਆਂ ਗੱਲਾਂ ਸੀ ਉਹ ਸਾਰੀਆਂ ਸੁਣੀਆਂ ਮੈਂ ਅਤੇ ਫਿਰ ਜਿਵੇਂ ਜਿਵੇਂ ਮੈਂ ਪੜ੍ਹੀ ਅਤੇ ਉਸ ਤੋਂ ਬਾਅਦ ਮੇਰੇ ਅੰਦਰ ਲਿਖਣ ਦਾ
ਕਿ ਬਈ ਮੈਂ ਵੀ ਜ਼ੁਬਾਨ ਦੇ ਹਾਂ ਆਪਣੀ ਜਿਹੜੇ ਅਹਿਸਾਸ ਨੇ ਤੋ ਇੱਕ ਖੱਬਲ ਕਵਿਤਾ ਸੀ ਮੇਰੀ ਜਿਹੜੀ ਕਾਫੀ ਉਸ ਵੇਲੇ ਕਾਫੀ ਚਰਚਿਤ ਹੋਈ ਹਾਂ ਉਹ ਹੈਗੀ ਕਵਿਤਾ ਖੱਬਲ ਕਿ ਸੁਣਿਆ ਹੈ ਕਿ ਜਦੋਂ ਮੈਂ ਜੰਮੀ ਸਾਂ ਤਾਂ ਮੈਨੂੰ ਵੇਖ ਕੇ ਕਿਸੇ ਨੇ ਮੂੰਹ ਫੇਰ ਲਿਆ ਸੀ ਤੇ ਕਿਸੇ ਨੇ ਪਿੱਠ ਕਰ ਲਈ ਸੀ ਸੁਣਿਆ ਹੈ ਕਿ ਜਦੋਂ ਮੈਂ ਜੰਮੀ ਸਾਂ ਤਾਂ ਮੈਨੂੰ ਵੇਖ ਕੇ ਕਿਸੇ ਨੇ ਮੂੰਹ ਫੇਰ ਲਿਆ ਸੀ ਤੇ ਕਿਸੇ ਨੇ ਪਿੱਠ ਕਰ ਲਈ ਸੀ ਤੇ ਜਿਵੇਂ ਕਹਿੰਦੇ ਨੇ ਬੱਚਾ 21 ਦਿਨਾਂ ਵਿੱਚ ਪਿਓ ਦੀ ਪੱਗ ਪਛਾਣ ਲੈਂਦਾ ਹੈ ਮੈਂ ਪਿੱਠ ਪਛਾਣ ਲਈ ਸੀ ਤੇ ਜਿਵੇਂ ਕਹਿੰਦੇ ਨੇ ਕਿ ਬੱਚਾ 21 ਦਿਨਾਂ ਵਿੱਚ ਪਿਓ ਦੀ ਪੱਗ ਪਛਾਣ ਲੈਂਦਾ ਹੈ ਮੈਂ ਪਿੱਠ ਪਛਾਣ ਲਈ ਸੀ ਉਦੋਂ ਹੀ ਮੈਂ ਪਿੱਠਾਂ ਨੂੰ ਵੇਖਣ ਤੇ ਜਰਨ ਦੀ ਆਦੀ ਹੋ ਗਈ ਤੇ ਜਦੋਂ ਵੀ ਅੱਖਾਂ 'ਚ ਰੋਹ ਭਰਿਆ ਤਾਂ ਮੈਂ ਉਹਨਾਂ ਪਿੱਠਾਂ ਉੱਪਰ ਆਪਣੀ ਉਦਾਸ ਇਬਾਰਤ ਲਿਖ ਦਿੱਤੀ ਜਿਸ ਨੂੰ ਉਹ ਪਿੱਠਾਂ ਵਾਲੇ ਕਦੇ ਵੀ ਪੜ੍ਹ ਨਹੀਂ ਸਕੇ ਮੈਂ ਤਾਂ ਕਿਆਰੀ ਵਿੱਚ ਹੋਰਨਾਂ ਪੌਦਿਆਂ ਨਾਲ ਕਿਸੇ ਖੱਬਲ ਵਾਂਗ ਉੱਗ ਪਈ ਸਾਂ ਤੇ ਖੱਬਲ ਵਾਂਗ ਹੀ ਪਲ ਗਈ ਹਾਂ ਮਾਲੀ ਨੇ ਜਦੋਂ ਵੀ ਚਾਹਿਆ ਮੈਨੂੰ ਪੁੱਟ ਕੇ ਸੁੱਟਣ 'ਚ ਕੋਈ ਕਸਰ ਨਾ ਛੱਡੀ ਪਰ ਮੈਂ ਉਹਨਾਂ ਪੌਦਿਆਂ ਦੀਆਂ ਜੜ੍ਹਾਂ ਨਾਲ ਮੁੜ ਉੱਗ ਪਈ ਪੌਦਿਆਂ ਨੂੰ ਗੋਡੀ ਹੁੰਦੀ ਤਾਂ ਮੇਰੇ ਅੰਗ ਜ਼ਖਮੀ ਵੀ ਹੋ ਜਾਂਦੇ ਪਰ ਮੈਂ ਮੂਕ ਰਹਿੰਦੀ ਮੇਰੀਆਂ ਬਿਮਾਰ ਤਿੜਾਂ ਪੀੜ ਨਾਲ ਕੁਰਲਾਉਂਦੀਆਂ ਪਰ ਮੈਂ ਦੰਦਾਂ ਥੱਲੇ ਜੀਭ ਦੇ ਕੇ ਅਥਰੂ ਅਥਰੂ ਹੋਈ ਪਈ ਰਹਿੰਦੀ ਖੱਬਲ ਵਰਗੀ ਹੋਂਦ ਨੇ ਪਿਆਰ ਭਰੇ ਹੱਥ ਦੇ ਪੋਟਿਆਂ ਦੀ ਛੋਹ ਲਈ ਮੇਰੀ ਸਹਿਕ ਨੇ ਤੇ ਕਣਛਾਵਾਂ ਬੂਟਾ ਹੁੰਦਿਆਂ ਸੁਣਦਿਆਂ ਮੇਰੇ ਹਿੱਸੇ ਆਈ ਤਿੱਖੀ ਧੁੱਪ ਦੇ ਅਹਿਸਾਸ ਨੇ ਮੈਨੂੰ ਮੰਗਤੀ ਬਣਾ ਦਿੱਤਾ ਮੈਂ ਛਾਂ ਦੇ ਇੱਕ ਕਤਰੇ ਲਈ ਉੱਡਦੇ ਬਾਜ਼ਾਂ ਮਗਰ ਵੀ ਭੱਜੀ ਹਾਂ ਤੇ ਦਰੋਂ ਬੇਦਰ ਹੋ ਕੇ ਕਈ ਵਾਰ ਬੇਆਬਰੂ ਵੀ ਹੋਈ ਹਾਂ ਮੈਨੂੰ ਨਹੀਂ ਪਤਾ ਕਿ ਕਦੋਂ ਪਹੁ ਫੁੱਟੀ ਸੀ ਕਦੋਂ ਸਵੇਰ ਹੋਈ ਸੀ ਤੇ ਦੁਪਹਿਰਾ ਕਿਵੇਂ ਢਲ ਗਿਆ ਮੈਂ ਤਾਂ ਜਦੋਂ ਤੋਂ ਆਪਣਾ ਚਿਹਰਾ ਸ਼ੀਸ਼ੇ 'ਚ ਤੱਕਿਆ ਹੈ ਮੈਨੂੰ ਇਸ ਉੱਪਰ ਝੁਰੜੀਆਂ ਹੀ ਦਿਸੀਆਂ ਹਨ ਮੈਂ ਖੱਬਲ ਵਾਂਗ ਮੁੜ ਮੁੜ ਤੇ ਬਦੋ ਬਦੀ ਉੱਗੀ ਹਾਂ ਤੇ ਬਦੋ ਬਦੀ ਭੁੱਲੀ ਹਾਂ ਤੁਸੀਂ ਪੈਰਾਂ ਨੂੰ ਬਬਲੇ ਹੁਣ ਤੋਂ ਕਿਉਂ ਕਰਦੇ ਹੋ ਜੁੱਤੇ ਖਰੀਦਦੇ ਹੋ ਸੈਂਡਲ ਖਰੀਦਦੇ ਹੋ ਅਤੇ ਜਦੋਂ ਜਦੋਂ ਕਿ ਪੈਰਾਂ ਦਾ ਜਿਹੜਾ ਸਿੰਬਲ ਹੈ ਯਾਤਰਾ ਨਾਲ ਸੰਬੰਧ ਹੈ ਵੀ ਕੀ ਤੁਸੀਂ ਇਸ ਸਟੇਜ 'ਤੇ ਆ ਕੇ ਪੈਰਾਂ ਦੇ ਬਬਲੇ ਹੁਣ ਤੋਂ ਕਰਨ ਲੱਗ ਪਏ ਨਹੀਂ ਇਹ ਇਹ ਇੱਕ ਨੈਚੁਰਲ ਪ੍ਰੋਸੈਸ ਹੈ ਕਈ ਵਾਰ ਸਾਡੇ ਮੈਂ ਉਹ ਸਾਰੇ ਜਿਹੜੇ ਨਿਯਮ ਬਣਾਏ ਸੀ ਸਮਾਜ ਦੇ ਜਦੋਂ ਤੁਸੀਂ ਉਹ ਸਾਰੇ ਤੋੜ ਦਿੰਦੇ ਹੋ ਮੰਨ ਲਓ ਮੈਂ ਬਹੁਤ ਸਾਰੀਆਂ ਇਹੋ ਜਿਹੇ ਜਿਹੜੇ ਟੈਬੂਜ਼ ਸੀਗੇ ਉਹ ਤੋੜੇ ਅਤੇ ਉਹ ਸਾਰਾ ਤੋੜਨ ਤੋਂ ਬਾਅਦ ਲੇਕਿਨ ਤੁਹਾਡੇ ਆਪਣੇ ਅੰਦਰ ਇੱਕ ਸਵੈ ਅਨੁਸ਼ਾਸਨ ਹੁੰਦਾ ਇੱਕ ਤੁਹਾਡਾ ਆਪਣਾ ਡਿਸਿਪਲਨ ਹੁੰਦਾ ਤੁਹਾਡਾ ਉਹਦੇ ਤੋਂ ਬਾਹਰ ਜਾਣ ਨੂੰ ਜੀ ਨਹੀਂ ਕਰਦਾ ਜੀ ਕਰਦਾ ਵੀ ਹੈ ਅਤੇ ਜੀ ਨਹੀਂ ਵੀ ਕਰਦਾ ਇਹ ਇਹੀ ਪੋਇਟਿਕ ਪ੍ਰੋਸੈਸ ਇਹਦੇ ਅੰਦਰ ਇਸ ਕਵਿਤਾ ਦੇ ਅੰਦਰ ਚੱਲਦਾ ਤੇ ਜਿਹੜੇ ਤੁਹਾਡੇ ਬਚਪਨ ਦੇ ਤੁਹਾਡੇ 'ਤੇ ਪਏ ਆ ਪ੍ਰਭਾਵ ਇਹ 6ਵੇਂ ਬੱਚਾ ਹੋਣ ਦਾ ਅਤੇ ਕੀ ਉਹ ਦਰਦ ਕਦੀ ਉਹਦੇ 'ਚੋਂ ਤੁਸੀਂ ਨਿਕਲ ਪਾਏ ਜਾਂ ਕਦੀ ਹੋਇਆ ਕਿ ਹਾਂ ਦਫ਼ਾ ਕਰੋ ਹੁਣ ਉਹ ਨਿਕਲ ਗਈ ਅਤੇ ਹੁਣ ਮੇਰੀ ਆਪਣੀ ਜ਼ਿੰਦਗੀ ਹੈ ਮੇਰੇ ਹੱਥਾਂ 'ਚ ਮੇਰੇ ਇਖਤਿਆਰ 'ਚ ਉਹ ਮੇਰੇ ਮੇਰਾ ਇਸ ਤਰ੍ਹਾਂ ਹੀ ਸੀ ਕਿ ਜਿਸ ਮੇਰੇ ਅੰਦਰ ਉਸ ਜਿਹੜਾ ਉਹ ਵਿਤਕਰਾ ਸੀ ਉਹਨੇ ਮੇਰੇ ਅੰਦਰ ਵਿਦਰੋਹ ਭਰਿਆ ਮੇਰੇ ਮੈਂ ਮਤਲਬ ਛੋਟੇ ਹੁੰਦਿਆਂ ਹੀ ਕਈ ਗੱਲਾਂ ਐਸੀਆਂ ਕੀਤੀਆਂ ਕਿ ਆਪ ਨੂੰ ਨਹੀਂ ਸੀ ਪਤਾ ਬਚਪਨ 'ਚ ਅਤੇ ਉਹ ਮੈਂ ਐਸੀਆਂ ਹੀ ਗੱਲਾਂ ਕੀਤੀਆਂ ਜਿਹੜੀਆਂ ਬਾਅਦ 'ਚ ਮੈਨੂੰ ਸੁਣਾਈਆਂ ਗਈਆਂ ਵੀ ਜਿਵੇਂ ਇਸ ਮੇਲੇ 'ਤੇ ਜਾਣ ਲੱਗੇ ਅਤੇ ਮੇਰੇ ਜਿਹੜੇ ਭਰਾ ਸੀ ਦੋਵੇਂ ਉਹਨਾਂ ਨੂੰ 2-2 ਰੁਪਈਏ ਦਿੱਤੇ ਅਤੇ ਮੈਨੂੰ 1 ਰੁਪਈਆ ਦਿੱਤਾ
ਵੀ ਇਸ ਕਰਕੇ ਵੀ ਤੂੰ ਕੁੜੀ ਹੈ ਅਤੇ ਉਹ ਮੈਂ ਦੇਖਿਆ ਅਤੇ ਮੈਂ ਰੁਪਈਆ ਫਾੜ ਕੇ ਅਤੇ ਉਹਨਾਂ ਨੂੰ ਕਿਹਾ ਇਹ ਲਓ ਮੇਰੇ ਵੀ ਦੋ ਬਣ ਗਏ। ਫਿਰ ਇਸ ਤਰ੍ਹਾਂ ਹੀ ਮੇਰਾ ਜਿਹੜਾ ਮੇਰੇ ਤੋਂ ਵੱਡਾ ਭਰਾ ਉਹ ਗੋਲੀਆਂ ਖੇਡਦਾ ਸੀਗਾ ਬੰਟੇ, ਅਤੇ ਮੈਂ ਜ਼ਿੱਦ ਕੀਤੀ ਵੀ ਬਾਈ ਗੋਲੀਆਂ ਮੈਨੂੰ ਵੀ ਦਿਓ ਖੇਡਣ ਲਈ। ਉਹ ਕਹਿੰਦੇ ਵੀ ਕੁੜੀਆਂ ਥੋੜ੍ਹੀ ਖੇਡਦੀਆਂ ਗੋਲੀਆਂ, ਉਹ ਹਰ ਗੱਲ 'ਤੇ ਕਹਿ ਦਿੰਦੇ ਸੀ ਕੁੜੀਆਂ ਇਹ ਕੰਮ ਨਹੀਂ ਕਰਦੇ। ਉਹ ਫਿਰ ਮੇਰੇ ਅੰਦਰ ਜ਼ਿੱਦ ਆਈ, ਮੈਂ ਫਿਰ ਜਿਹੜੀਆਂ ਨਾਲ ਦੀਆਂ ਕੁੜੀਆਂ ਪਿੰਡ ਦੀਆਂ ਉਹਨਾਂ ਦੇ ਨਾਲ ਮਿਰਚਾਂ ਚੁਗਣ ਚਲੀ ਗਈ, ਅਤੇ ਮਿਰਚਾਂ ਚੁੱਕ ਕੇ ਫਿਰ ਉਹ ਜਿਹੜੀਆਂ ਲਿਆ ਕੇ ਵੇਚ ਜਿਹੜਾ ਤੁਹਾਡਾ ਹਿੱਸਾ ਮਿਲਦਾ ਮਿਰਚਾਂ ਚੁਗਣ ਦਾ ਉਹ ਲਿਆ ਕੇ ਦੁਕਾਨ 'ਤੇ ਵੇਚੀਆਂ, ਅਤੇ ਵੇਚ ਕੇ ਫਿਰ ਉਹਦੀਆਂ ਗੋਲੀਆਂ ਖਰੀਦੀਆਂ ਅਤੇ ਆਪਣੀ ਜਿਹੜੀ ਇੱਛਾ ਸੀਗੀ ਉਹ ਪੂਰੀ ਕੀਤੀ। ਸੋ ਇਸ ਤਰ੍ਹਾਂ ਦਾ ਇੱਕ ਮਤਲਬ ਉਹ ਜਿਹੜਾ ਉਹ ਤੁਸੀਂ ਕਿਹਾ ਵੀ ਉਹ ਉਸ ਦਰਦ 'ਚੋਂ ਨਿਕਲਣ ਦੀ, ਉਸ ਦਰਦ 'ਚੋਂ ਨਿਕਲਣ ਦਾ ਰਸਤਾ ਹੀ ਵਿਦਰੋਹ ਸੀ ਮੇਰੇ ਲਈ, ਔਰ ਉਹ ਮੇਰੇ ਅੰਦਰ ਹੀ ਸੀ, ਮੇਰੇ ਜੰਮਣ ਦੇ ਨਾਲ ਹੀ ਮੇਰੇ ਅੰਦਰ ਜਿਹੜਾ ਹੈ ਉਹ ਵਿਕਸਿਤ ਹੋਇਆ, ਔਰ ਉਹ ਬਾਤ ਜਿਹੜਾ ਹੈ ਉਹ ਫਿਰ ਮੈਂ ਆਪਣੀ ਜ਼ਿੰਦਗੀ ਜੀਵੀ, ਫਿਰ ਆਪਣੀਆਂ ਸ਼ਰਤਾਂ 'ਤੇ ਜੀਵੀ ਹੈ। ਪਰ ਜਦੋਂ ਤੁਸੀਂ ਖੱਬਲ ਕਵਿਤਾ ਪੜ੍ਹ ਰਹੇ ਸੀ ਮੈਨੂੰ ਤੁਹਾਡੇ ਗਲੇ 'ਚ ਸਪੈਸ਼ਲ ਰੁਦਨ ਸੁਣਾਈ ਦਿੱਤਾ, ਉਹ ਫਿਰ ਉਸ ਕਵਿਤਾ ਦੇ ਨਾਲ ਆਉਂਦਾ ਹੀ ਹੈ। ਉਸ ਕਵਿਤਾ ਦੇ ਵਿੱਚ ਰਹਿ ਗਈ ਕਿਉਂਕਿ ਉਹਨਾਂ ਪਲਾਂ ਦਾ ਹੈ, ਉਹਨਾਂ ਪਲਾਂ ਦਾ ਹੈ। ਹਾਂ ਸਾਡੇ ਟੋਟਲ ਫੈਮਿਲਿਸਟ ਪੋਇਟਰੀ ਚ ਉਹ ਸਰੰਗ ਦੀ ਕੋਈ ਪਤਾ ਨਹੀਂ ਹੈ, ਤੁਸੀਂ ਉਹ ਸਾਰੇ ਉਹਦੇ ਬਾਰੇ ਕੀ ਗੱਲ ਕਰੋ। ਹਾਂ ਉਸ ਆਮ ਤੌਰ 'ਤੇ ਉਸ ਜਿਹੜੀ ਉਹ ਜਿਹੜੀ ਇੰਜ ਨਾ ਮਿਲੀ ਦੀਆਂ ਜਿਹੜੀਆਂ ਬਹੁਤੀਆਂ, ਇੱਕ ਤਾਂ ਮੈਂ ਥੋੜ੍ਹੀ ਵੱਖਰੀ ਕਿਸਮ ਦੀਆਂ ਕਵਿਤਾਵਾਂ ਪੰਜ ਛੇ ਉਹਦੇ 'ਚ ਉਹ ਵੀ ਹੈਗੀਆਂ ਜਿਹੜੀਆਂ ਇਕੱਲੀਆਂ ਔਰਤਾਂ ਦੇ ਉੱਤੇ ਨੇ, ਉਹ ਉਹਨਾਂ ਵਾਸਤੇ ਸ਼ਬਦ ਵੱਖਰੇ ਪਹਿਲੀ ਵਾਰੀ ਆਏ ਉਹਦੇ 'ਚ, ਜਿਸ ਤਰ੍ਹਾਂ ਚਿਰ ਕੁਆਰੀ ਕੁੜੀ, ਪਹਿਲਾਂ ਕੁੜੀ ਹੈ ਫਿਰ ਕੁਆਰੀ ਕੁੜੀ ਹੈ ਫਿਰ ਚਿਰ ਕੁਆਰੀ ਕੁੜੀ ਹੈ ਫਿਰ ਅਣਵਿਆਹੀ ਔਰਤ ਹੈ, ਤਾਂ ਉਹ ਇਹ ਪੰਜ ਛੇ ਕਵਿਤਾਵਾਂ ਉਹਦੇ 'ਚ ਹੈਗੀਆਂ ਨੇ। ਉਸ ਤੋਂ ਬਾਅਦ ਉਸ ਮੈਂ ਆਪਣਾ ਜਿਹੜਾ ਬਚਪਨ ਤੋਂ ਜਿਵੇਂ ਵੱਡੀ ਹੁੰਦੀ ਹਾਂ ਉਹ ਮੇਰੇ ਅੰਦਰ ਜਿਵੇਂ ਤੁਸੀਂ ਇਸ ਕਵਿਤਾ 'ਚ ਪੜ੍ਹਿਆ ਵੀ ਪਿਆਰ ਮਾਂ ਦੇ ਪਿਆਰ ਦੀ ਹੋਈ ਮੇਰੇ ਅੰਦਰ ਬਹੁਤ ਤਲਾਸ਼ ਹੈ ਵੀ ਮਾਂ ਦਾ ਪਿਆਰ ਹੀ ਨਹੀਂ ਜਿਸ ਬੱਚੇ ਨੂੰ ਮਿਲਿਆ, ਬਾਪ ਦਾ ਤਿਰਸਕਾਰ ਮਿਲਿਆ ਆ, ਉਹ ਜਿਹੜਾ ਪਿਆਰ ਸੀਗਾ ਉਹ ਕਿਉਂਕਿ ਟੈਬੂ ਮਨ ਦੇ ਵਿੱਚ ਕਹਿ ਕੇ ਵੀ ਇਹ ਵੀ ਬਿਠਾਇਆ ਸੀ ਵੀ ਜਿਹੜਾ ਆਦਮੀ ਹੈ ਜਿਹੜੇ ਮੁੰਡੇ ਹੈ ਉਹ ਪਿਆਰ ਜਿਹੜਾ ਵਰਜਿਤ ਹੈ ਸਾਡੇ ਲਈ, ਅਤੇ ਉਹ ਫਿਰ ਮੇਰੀ ਜ਼ਿੰਦਗੀ ਦੇ ਵਿੱਚ ਸਹੇਲੀਆਂ ਆਉਂਦੀਆਂ ਰਹੀਆਂ ਅਤੇ ਉਹਨਾਂ ਦੇ ਨਾਲ ਪਿਆਰ ਦਾ ਅਹਿਸਾਸ ਜਿਹੜਾ ਉਹ ਮੈਂ ਉਸ ਕਿਤਾਬ ਦੇ ਵਿੱਚ ਇੰਝ ਨਾ ਮਿਲੀ, ਮਤਲਬ ਸਿਰਫ ਬਚਪਨ 'ਚ ਨਹੀਂ ਵੱਡੇ ਹੋ ਕੇ ਵੀ ਮੈਂ ਆਪਣੀ ਜ਼ਿਆਦਾ ਗੱਲ ਜਿਹੜੀ ਹੈ ਕਾਫੀ ਦੇਰ ਤੱਕ ਮੈਂ ਆਪਣੀ ਜ਼ਿਆਦਾ ਗੱਲ ਜਿਹੜੀ ਸਾਂਝੀ ਕਰ ਸਕਦੀ ਸੀ ਉਹ ਆਪਣੀ ਸਹੇਲੀਆਂ ਨਾਲ ਕਰ ਸਕਦੀ ਸੀ, ਤਾਂ ਉਹ ਫਿਰ ਉਹ ਉਹਨਾਂ ਉਹ ਉਸ ਦੋਸਤੀ ਦੀਆਂ ਉਸ ਪਿਆਰ ਦੇ ਅਹਿਸਾਸ ਦੀਆਂ ਕਵਿਤਾਵਾਂ ਉਸ ਕਿਤਾਬ ਦੇ ਵਿੱਚ ਹੈਗੀਆਂ ਨੇ ਇੰਝ ਨਾ ਮਿਲੀ। ਅੱਛਾ ਉਹਨਾਂ ਨੇ ਕੁਛ ਕਿਹਾ ਸੀ ਤੁਸੀਂ ਮੁਹੱਬਤ ਕੀਤੀ? ਮੁਹੱਬਤ ਵੀ ਕੀਤੀ, ਮੁਹੱਬਤ ਦੀਆਂ ਕਵਿਤਾਵਾਂ ਵੀ ਲਿਖੀਆਂ, ਮੁਹੱਬਤ ਤੋਂ ਬਾਅਦ ਮੇਰੀ ਜਿਹੜੀ ਕਵਿਤਾ ਹੈ ਇੱਕ ਮੁਹੱਬਤ ਔਰ ਜੋ ਆਦਮੀ ਔਰਤ ਦਾ ਰਿਸ਼ਤਾ ਹੈ ਇਹ ਮੇਰੇ ਵਾਸਤੇ ਸ਼ੁਰੂ ਤੋਂ ਸਵਾਲੀਆ ਰਿਹਾ ਹੈ, ਕਿਉਂਕਿ ਮੈਂ ਪਹਿਲਾਂ ਆਪਣੇ ਮਾਂ ਪਿਓ ਨੂੰ ਵੇਖਿਆ, ਜਦੋਂ ਮੈਂ ਉਹਨਾਂ ਦੇ ਦੇਖਿਆ ਤੇ ਮੇਰੇ
ਮੈਨੂੰ ਇੱਕ ਵਾਰੀ ਕਿਸੇ ਇਸੇ ਤਰ੍ਹਾਂ ਰੂਬਰੂ 'ਚ ਕਿਸੇ ਨੇ ਸਵਾਲ ਪੁੱਛਿਆ, ਬੜੇ ਉਹਨੇ ਤੰਜ਼ ਨਾਲ ਪੁੱਛਿਆ ਸੀਗਾ ਕਿ ਵੀ ਤੁਸੀਂ ਨਾਰੀਵਾਦ ਕਦੋਂ ਪੜ੍ਹਿਆ ਅਤੇ ਨਾਰੀਵਾਦ ਕਦੋਂ ਲਿਖਣਾ ਸ਼ੁਰੂ ਕੀਤਾ ਆਪਦੀ ਕਵਿਤਾ 'ਚ। ਮੈਂ ਕਿਹਾ ਨਾਰੀਵਾਦ ਮੈਂ ਹਾਲੇ ਚੌਥੀ 'ਚ ਪੜ੍ਹਦੀ ਸੀਗੀ ਅਤੇ ਮੈਂ ਉਦੋਂ ਸਿੱਖ ਲਿਆ ਸੀਗਾ ਜਦੋਂ ਮੇਰਾ ਪਿਓ ਕਹਿੰਦਾ ਹੁੰਦਾ ਸੀ ਕਿ ਕੁੱਕੜੀ ਦੇ ਵਾਂਗ ਦਿੱਤਿਆਂ ਸਵੇਰ ਨਹੀਂ ਹੁੰਦੀ। ਮੈਂ ਕਿਹਾ ਮੇਰਾ ਨਾਰੀਵਾਦ ਇੱਥੋਂ ਸ਼ੁਰੂ ਹੁੰਦਾ ਕਿ ਮੁਰਗੀ ਦੇ ਵਾਂਗ ਦਿੱਤਿਆਂ ਸਵੇਰ ਨਹੀਂ ਹੁੰਦੀ। ਅਤੇ ਮੈਂ ਦੇਖਦੀ ਸੀ ਵੀ ਘਰ ਦੇ ਵਿੱਚ ਸਾਰਾ ਮੇਰੀ ਮਾਂ ਸਾਰਾ ਕੰਮ ਕਰਦੀ ਹੈ, ਉਹ ਸਾਡੇ ਪਸ਼ੂ ਹੁੰਦੇ ਸੀ ਉਹਨਾਂ ਦਾ ਕੰਮ ਵੀ ਉਹ ਕਰਦੀ ਹੈ, ਕੋਈ ਆਇਆ ਗਿਆ ਕਿਹਨੂੰ ਦੇਣ ਲੈਣ ਕਰਨਾ ਉਹ ਵੀ ਸਾਰਾ ਉਹ ਕਰਦੀ ਹੈ। ਅਤੇ ਜਦੋਂ ਫੈਸਲਾ ਕੋਈ ਲੈਣ ਦੀ ਗੱਲ ਹੁੰਦੀ ਸੀ ਉਦੋਂ ਕਹਿੰਦੇ ਸੀ ਵੀ ਮੁਰਗੀ ਦੇ ਵਾਂਗ ਦਿੱਤਿਆਂ ਸਵੇਰ ਨਹੀਂ ਹੁੰਦੀ, ਮੇਰਾ ਨਾਰੀਵਾਦ ਇੱਥੋਂ ਸ਼ੁਰੂ ਹੁੰਦਾ। ਉਹ ਫਿਰ ਮੇਰੇ ਮਤਲਬ ਇਸ ਰਿਸ਼ਤੇ ਦੇ ਬਾਰੇ 'ਚ ਮਤਲਬ ਜੋ ਉਹਨਾਂ ਦਾ ਬਿਹੇਵੀਅਰ ਰਿਹਾ ਹਮੇਸ਼ਾ ਮੇਰੇ ਮਾਂ ਦੇ ਪ੍ਰਤੀ, ਉਹ ਇਸ ਕਰਕੇ ਉਹ ਸਵਾਲੀਆ ਹੀ ਰਿਹਾ ਮੇਰੇ ਸੋਚ ਦੇ ਵਿੱਚ ਉਹ ਰਿਸ਼ਤਾ ਹਮੇਸ਼ਾ ਸਵਾਲੀਆ ਰਿਹਾ। ਫਿਰ ਦੂਸਰਾ ਰਿਸ਼ਤਾ ਮੈਂ ਆਪਣੇ ਘਰ 'ਚ ਆਪਣੇ ਭਰਾ ਭਰਜਾਈ ਦਾ ਦੇਖਿਆ, ਉਹ ਵੀ ਮੇਰੇ ਲਈ ਕਾਫੀ ਸਵਾਲੀਆ ਸੀਗਾ। ਉਹਨਾਂ ਦੀ ਲੜਾਈ ਹੁੰਦੀ ਸੀ ਤਾਂ ਮੇਰਾ ਬ੍ਰਦਰ ਕਹਿੰਦਾ ਸੀਗਾ, ਉਹ ਬ੍ਰਦਰ ਜਿਹਨੂੰ ਮੈਂ ਬਹੁਤ ਪਿਆਰ ਕਰਦੀ, ਉਹਨੂੰ ਪਿਛਲੇ ਸਾਲ ਹੀ ਗਏ ਨੇ ਇਸ ਦੁਨੀਆਂ ਤੋਂ, ਤਾਂ ਉਹ ਮੇਰੀ ਭਰਜਾਈ ਜਿਸ ਵੇਲੇ ਉਹਦੇ ਨਾਲ ਲੜਦੇ ਸੀ ਤਾਂ ਕਹਿੰਦੇ ਸੀ ਵੀ ਮੈਂ ਨਹੀਂ ਰੱਖਣੀ। ਤਾਂ ਮੇਰਾ ਮੈਂ ਉਦੋਂ ਬੀ ਏ 'ਚ ਪੜ੍ਹਦੀ ਸੀ, ਤਾਂ ਉਹ ਮੇਰੀ ਜਿਹੜੀ ਥੋੜ੍ਹੀ ਤੁਹਾਡੀ ਉਸ ਵੇਲੇ ਦੀ ਗਰੋਥ ਹੈ ਤਾਂ ਉਹ ਮੈਂ ਨਹੀਂ ਰੱਖਣੀ ਸ਼ਬਦ ਜਿਹੜੇ ਨੇ ਉਹ ਮੇਰੇ ਅੰਦਰ ਪੂਰੀ ਤਰ੍ਹਾਂ ਜਿਹੜੇ ਸਿੰਜੇ ਗਏ ਮੇਰੇ ਅੰਦਰ। ਤਾਂ ਇਸ ਕਰਕੇ ਜਦੋਂ ਮੁਹੱਬਤ ਵੀ ਕੀਤੀ ਤਾਂ ਉਦੋਂ ਮਨ 'ਚ ਸਵਾਲ ਬਹੁਤ ਸੀਗੇ, ਅਤੇ ਮੇਰੀ ਜਦੋਂ ਪੋਇਟਰੀ ਜਦੋਂ ਮੈਂ ਲਿਖੀ ਉਹ ਸਵਾਲਾਂ ਤੋਂ ਬਿਨਾਂ ਨਹੀਂ ਹੈਗੀ, ਕਿ ਉਹ ਕਦੇ ਵੀ ਸਵਾਲਾਂ ਤੋਂ ਉਹਦੇ ਵਿੱਚ ਸਵਾਲ ਜ਼ਰੂਰ ਰਹੇ ਨੇ। ਮਾਂ ਪਿਓ ਜਿਹੜੇ ਨੇ ਤੁਹਾਡੇ ਉਹਨਾਂ ਨੂੰ ਤੁਸੀਂ ਕਿੰਨੀ ਕੁ ਨਫ਼ਰਤ ਕਰ ਸਕਦੇ ਹੋ? ਗਿਲਾ ਹੀ ਸੀਗਾ, ਲੇਕਿਨ ਹੁਣ ਅੱਜ ਤੇ ਮੈਨੂੰ ਇਹ ਲੱਗਦਾ ਕਿ ਬਈ ਉਹਨਾਂ ਨੇ ਜੋ ਕੁਛ ਕੀਤਾ ਉਹਦੇ ਕਰਕੇ ਮੈਂ ਹਾਂ। ਜੇ ਅੱਜ ਮੈਂ ਇੱਕ ਆਪਣੀ ਪਛਾਣ ਹੈ ਮੇਰੀ ਜਿਹਨੂੰ ਮੈਂ ਮੁਹੱਬਤ ਕੀਤੀ, ਉਹ ਵੀ ਮੈਨੂੰ ਕਈ ਵਾਰੀ ਇਹ ਕਹਿ ਦਿੰਦਾ ਸੀ ਵੀ ਮੈਂ ਤੈਨੂੰ ਕੁਛ ਹੋਰ ਦੇ ਸਕਿਆ ਜਾਂ ਨਾ, ਲੇਕਿਨ ਤੈਨੂੰ ਕਵਿਤਰੀ ਬਣਾ ਦਿਆਂਗਾ। ਜਦੋਂ ਕਿ ਮੇਰੇ ਲਈ ਬੜੀ ਵੱਡੀ ਇੱਕ ਚੈਲੇਂਜ ਮੈਨੂੰ ਇਹ ਸੀਗਾ ਕਿ ਵੀ ਇਹਦਾ ਮਤਲਬ ਇਹ ਵੀ ਸਿਹਰਾ ਤੁਸੀਂ ਆਪਣੇ ਸਿਰ ਹੀ ਲੈਣਾ ਚਾਹੁੰਦੇ ਹੋ, ਇਹ ਸਿਹਰਾ ਵੀ ਆਪਣੇ ਸਿਰ ਹੀ ਬੰਨਣਾ ਚਾਹੁੰਦੇ ਹੋ ਕਿ ਕਵਿਤਰੀ ਵੀ ਅਸੀਂ ਬਣਾਇਆ ਤੁਹਾਨੂੰ। ਮੈਂ ਬੈਠਾ ਸੀਗਾ ਅਮ੍ਰਿਤਾ ਜੀ ਕੋਲ ਤੇ ਤੁਹਾਡਾ ਉੱਥੇ ਜ਼ਿਕਰ ਚੱਲਿਆ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਨਾ ਮਤਲਬ ਵੀ ਆਹ ਕੰਮ ਕਰ ਸਕਦਾ ਵਾ ਵੀ ਭਾਲ ਹੋਣਾ ਹੁੰਦਾ ਉਹਨਾਂ ਨਾਲ ਇੰਟਰਵਿਊ ਕਰ ਕਰਦਾ ਤੇ ਉਹ ਨਾਗਣੀ ਦੇ ਵਿੱਚ ਫਿਰ ਉਹ ਕੰਮ ਸ਼ੁਰੂ ਕੀਤਾ ਸਵੀ ਦੇਵੀ ਕਿਉਂਕਿ ਹੋਰ ਦੋਸਤਾਂ ਨਾਲ ਵੀ ਗੱਲਬਾਤ ਚੱਲ ਉਦੋਂ ਜੋ ਮਤਲਬ ਇਹਨਾਂ ਨਾਲ ਮੈਂ 2-4-5 ਘੰਟੇ ਗੱਲ ਕੀਤੀ ਮਤਲਬ ਗੱਲਾਂ ਕੀਤੀਆਂ ਬੜਾ ਕੁਛ ਇਹਨਾਂ ਕੋਲ ਮੈਂ ਕਢਵਾਇਆ ਫਿਰ ਉਹਦੇ ਟੋਟਲ ਜਿਹੜੀ ਇੰਟਰਵਿਊ ਸੀ ਉਹਦਾ ਨਾਂ ਰੱਖਿਆ ਸੀ ਰੇਤ ਸਰਕਦਾ ਘੜਾ ਬੜੀ ਉਹ ਮੇਰੀ ਜਿਹੜੀ ਪ੍ਰੋਜ਼ ਦੀ ਕਿਤਾਬ ਛਪੀ ਥਾਰੀ ਆ ਚੁੱਕੀ ਹੈ ਉਹਦੇ 'ਚ ਵੀ ਹੈ ਮੈਂ ਮਤਲਬ ਇਹ ਗੱਲ ਪੁੱਛਣੀ ਚਾਹੁੰਦਾ ਵੀ ਜਿਹੜਾ ਉਹ ਰੇਤ 'ਚ ਸਰਕਦਾ ਘੜਾ ਸੀਗਾ ਸਮੇਂ ਨਾਲ ਜਾਂ ਸਮੇਂ ਦੀ ਮਾਰ ਨਾਲ ਮਤਲਬ ਉਹ ਘੜਾ ਉਵੇਂ ਹੀ ਸਰਕ ਰਿਹਾ ਵਾ ਕਿ ਮਤਲਬ
ਸਮੇਂ ਨਾਲ ਘੁਰ ਕੇ ਬਹਿ ਕਿਤੇ ਮਿੱਟੀ ਚ ਮਿੱਟੀ ਰੇਤਾ ਚ ਰੇਤਾ ਹੀ ਹੋ ਗਿਆ ਕਿ ਘੜਾ ਉੱਤੇ ਸੀ। ਨਹੀਂ ਘੜਾ ਤੁਹਾਨੂੰ ਦਿਖ ਰਿਹਾ, ਕਾਫੀ ਤਗੜਾ ਦਿਖ ਰਿਹਾ, ਐਸਾ ਨਹੀਂ ਅੰਦਰੋਂ ਵੀ ਬਾਹਰੋਂ ਵੀ, ਅੰਦਰੋਂ ਵੀ ਪੂਰੀ ਤਰ੍ਹਾਂ ਭਰਿਆ ਔਰ ਭਰੇ ਹੋਏ ਸਮੁੰਦਰਾਂ ਚ ਤੈਰਿਆ ਵੀ ਹੈ। ਕੋਈ ਇਹੋ ਜਿਹਾ ਪਲ ਆਉਂਦਾ ਜ਼ਿੰਦਗੀ ਚ ਜਦੋਂ ਤੁਹਾਨੂੰ ਲੱਗਦਾ ਕਿ ਹਰ ਵਕਤ ਪੜ੍ਹਦੇ ਰਹਿਣਾ ਲਿਖਦੇ ਰਹਿਣਾ ਇਹਦੇ ਤੋਂ ਵੀ ਕੁਝ ਪਲਾਂ ਲਈ ਸੁਰਖਰੂ ਹੋ ਕੇ ਆਪਣੇ ਆਪ ਨੂੰ ਅੰਦਰ ਝਾਤ ਮਾਰਨ ਦੀ ਕੋਸ਼ਿਸ਼ ਕੀਤੀ ਜਾਵੇ, ਮੈਂ ਕੌਣ ਆ, ਮੈਂ ਕਿੱਥੇ ਆ, ਮੈਂ ਕਿਉਂ ਐਸਾ ਆਇਆ ਅਧਿਆਤਮ, ਇਹਨੂੰ ਆਪਾਂ ਅਧਿਆਤਮ ਹੀ ਕਹਿ ਦਿੰਦੇ ਹਾਂ ਜਦੋਂ ਬੰਦਾ ਆਪਣੇ ਆਪ ਨੂੰ ਤਲਾਸ਼ ਕਰਦਾ। ਐਸੇ ਵੀ ਵਿੱਚ ਪਲ ਆਏ, ਵਿਸ਼ਾਲ ਨੂੰ ਪਤਾ ਹੈ ਇਹ ਗੱਲ ਕਿ ਜਦੋਂ ਮੈਨੂੰ ਕਵਿਤਾ ਚੋਂ ਕਿਤਾਬਾਂ ਚੋਂ ਆਪਣੇ ਸਵਾਲਾਂ ਦੇ ਜਵਾਬ ਨਹੀਂ ਸੀ ਲੱਭ ਰਹੇ ਔਰ ਮੇਰੇ ਅੰਦਰ ਐਸੀ ਭਟਕਣ ਔਰ ਐਸੀ ਅਵਾਰਗੀ ਮੇਰੇ ਅੰਦਰ ਸੀ ਕਿ ਵੀ ਕੋਈ ਰਾਹ ਨਹੀਂ, ਤਾਂ ਮੈਂ ਉਸਨੂੰ ਉਦੋਂ ਬਿਆਸ ਜਾਣਾ ਸ਼ੁਰੂ ਕੀਤਾ। ਮੈਂ 2-3 ਸਾਲ ਜਾਂਦੀ ਰਹੀ ਉੱਥੇ, ਉਸ ਤੋਂ ਬਾਅਦ ਫਿਰ ਮੈਨੂੰ ਉੱਥੇ ਵੀ ਲੱਗਿਆ ਵੀ ਇੱਥੇ ਕਿਹੜਾ ਸਾਡੇ ਸਵਾਲਾਂ ਦੇ ਜਵਾਬ ਨੇ। ਫਿਰ ਮੈਂ ਓਸ਼ੋ ਦੇ ਕੈਂਪਸ ਵਿੱਚ ਜਾਂਦੀ ਰਹੀ, ਉੱਥੇ ਵੀ ਲੇਕਿਨ ਉੱਥੇ ਵੀ ਕਾਫੀ ਦੇਰ, ਉੱਥੇ ਵੀ ਨਹੀਂ 2-2.5 ਸਾਲ ਜਾਂਦੀ ਰਹੀ, ਲੇਕਿਨ ਐਸਾ ਸੀ ਵੀ ਨਹੀਂ ਮੈਨੂੰ ਉਹਨਾਂ ਨੇ ਇੱਕ ਜਵਾਬ ਮਿਲੇ, ਇੱਕ ਨਹੀਂ ਉਹਨਾਂ ਨੇ ਮੈਨੂੰ ਇੱਕ ਮੈਚੋਰਿਟੀ ਦਿੱਤੀ, ਮੈਂ ਉਹਨਾਂ 'ਚੋਂ ਨਿਕਲ ਗਈ, ਲੇਕਿਨ ਉਹਨਾਂ ਨੇ ਮੈਨੂੰ ਜ਼ਿੰਦਗੀ ਨੂੰ ਸਮਝਣ ਦੀ ਮੈਚੋਰਿਟੀ ਦਿੱਤੀ। ਇਹ ਤਾਂ ਆਪ ਹੀ ਅਸੀਂ ਤਲਾਸ਼ ਕਰਨਾ ਹੁੰਦਾ ਵੀ ਕੌਣ ਆ, ਅਸੀਂ ਕੌਣ ਆ। ਦੇਖੋ ਜਿਹੜਾ ਬੰਦਾ ਤੁਹਾਨੂੰ ਸਵਾਲ ਦਿੰਦਾ ਹੈ ਨਾ, ਉੱਥੇ ਵੀ ਜਾ ਕੇ ਸਵਾਲ ਆਏ ਅੰਦਰ, ਅਤੇ ਜਿਹੜਾ ਬੰਦਾ ਸਵਾਲ ਦਿੰਦਾ ਚਾਹੇ ਉਹ ਕਿਸੇ ਤਰ੍ਹਾਂ ਵੀ ਦਿੰਦਾ ਹੈ, ਉਹ ਮੈਚੋਰਿਟੀ ਹੀ ਦਿੰਦਾ ਤੁਹਾਨੂੰ। ਉਹਨਾਂ ਨੇ ਮੇਰੇ ਅਨੁਭਵ ਦੇ ਵਿੱਚ ਤਾਂ ਹਿੱਸਾ ਪਾਇਆ ਹੀ ਨਾ ਪੂਰੀ ਤਰ੍ਹਾਂ। ਹਾਂ ਇਹਦਾ ਜਵਾਬ ਹੀ ਹੈਗਾ ਮੇਰੇ ਕੋਲ ਕਿ ਪਹਿਲਾਂ ਮੈਂ ਕਵਿਤਾ, ਮੇਰੀ ਵੈਸੇ ਕਵਿਤਾ ਕਦੇ ਵੀ ਮੈਂ ਉਹਨੂੰ ਨਿੱਜੀ ਨਹੀਂ ਸਮਝਦੀ, ਮੈਂ ਉਹਨੂੰ ਕਦੇ ਵੀ ਇਹ ਨਹੀਂ ਸੋਚਦੀ ਕਿ ਵੀ ਮੇਰੀ ਕਵਿਤਾ ਕੋਈ ਮੇਰੇ ਨਿੱਜ ਦੇ ਸਵਾਲਾਂ ਨਾਲ ਸੰਬੰਧਿਤ ਸੀ, ਹਮੇਸ਼ਾ ਮੇਰੀ ਕਵਿਤਾ ਜਿਹੜੀ ਉਹ ਸਿਸਟਮ ਨਾਲ ਸੰਬੰਧਿਤ ਰਹੀ ਹੈ। ਲੇਕਿਨ ਜਦੋਂ ਮੇਰੀਆਂ ਪੌਣ ਤੜਾਕੀ ਮੇਰੀ 2009 'ਚ ਛੱਪੀ ਸੀ, ਤਾਂ ਮੇਰੇ ਇੱਕ ਦੋਸਤ ਨੇ, ਉਹਨਾਂ ਨੇ ਇੱਕ ਦਿਨ ਬੈਠ ਕੇ ਮੇਰੇ ਦਿਮਾਗ 'ਚ ਪਾਇਆ ਕਿ ਵੀ ਤੂੰ ਕੋਈ ਲੰਬੀ ਰਚਨਾ ਕਰ, ਅਤੇ ਮੈਂ ਫਿਰ ਉਹ ਕੰਮ ਸ਼ੁਰੂ ਕੀਤਾ ਹੋਇਆ ਜਿਹੜਾ ਬਿਲਕੁਲ ਇਸ ਸਾਰੀ ਪੋਇਟਰੀ ਤੋਂ ਬਿਲਕੁਲ ਵੱਖਰਾ ਹੈ, ਉਹ ਪੰਜਾਬ ਦੇ ਇਤਿਹਾਸ ਨੂੰ ਦੁਬਾਰਾ ਵੇਖਣ ਦਾ ਹੈ, ਉਹਨੂੰ ਮੈਂ ਕਵਿਤਾ 'ਚ ਲਿਖ ਰਹੀ ਹਾਂ। ਪੰਜਾਬ ਦੇ ਇਤਿਹਾਸ ਨੂੰ ਬਿਲਕੁਲ ਨਵੇਂ ਦ੍ਰਿਸ਼ਟੀਕੋਣ ਤੋਂ, ਨਹੀਂ ਪਹਿਲਾਂ ਵੀ ਹੋਇਆ ਹੈ ਕੰਮ ਉਹਦੇ 'ਤੇ ਲੇਕਿਨ ਪੋਇਟਰੀ 'ਚ ਨਹੀਂ ਹੋਇਆ, ਅਤੇ ਉਹ ਮੈਂ ਕੁਛ ਸ਼ੁਰੂ ਕੀਤਾ ਹੋਇਆ ਉਹਦੇ 'ਤੇ, ਉਹਦੇ ਲਈ ਸਟੱਡੀ ਵੀ ਕਾਫੀ ਕਰਨਾ ਪੈਂਦਾ, ਅਤੇ ਉਹ ਕੰਮ ਸ਼ੁਰੂ ਕੀਤਾ ਹੋਇਆ ਮੱਧਕਾਲ ਤੱਕ ਮੇਰਾ ਤਕਰੀਬਨ ਆ ਗਿਆ, ਅਤੇ ਉਹ ਚੱਲ ਰਿਹਾ ਮੇਰਾ ਕੰਮ, ਇਸ ਤੋਂ ਵੱਖਰਾ। ਜਿਹੜੀ ਤੁਹਾਡੀ ਸੈਂਡਲ ਪਾਉਂਦਿਆਂ ਵਾਲੀ ਕਵਿਤਾ ਦਾ ਪਿਛਲੇ ਦਿਨਾਂ 'ਚ ਮੈਂ ਪੜ੍ਹੀ ਇੱਕ ਮੈਗਜ਼ੀਨ ਦੇ ਵਿੱਚ, 3-4 ਕਵਿਤਾਵਾਂ ਮੈਂ ਇਕੱਠੀਆਂ ਪੜ੍ਹੀਆਂ, ਉਹ ਮੈਂ ਕਵਿਤਾ ਜਦੋਂ ਪੜ੍ਹ ਰਿਹਾ ਸੀਗਾ, ਅਤੇ ਹਰ ਜਿੱਦਾਂ ਅਵਤਾਰ ਜੀਤ ਨੇ ਉਹਨਾਂ ਨੇ ਸਵਾਲ ਕੀਤਾ ਵੀ ਉਹ ਮੈਂ ਮਤਲਬ ਪਾਠਕ ਦੇ ਤੌਰ 'ਤੇ ਉਹਨੂੰ ਦੇਖਿਆ ਵੀ ਇੰਨੇ ਵੱਡੇ ਮਤਲਬ ਕੈਨਵਸ 'ਤੇ ਉਹਨੂੰ ਚਿੱਤਰਿਆ ਨਾ ਤੁਸੀਂ ਉਸ ਵਾਰ ਸੈਂਡਲ ਪਾਉਂਦੇ ਵਾਲੇ, ਮਤਲਬ ਜਿਹੜੀ ਸਮਾਜਿਕ ਮਤਲਬ ਕ੍ਰੀਤੀਆਂ ਵਾ, ਬੰਨਣਾ ਵਾ, ਆਜ਼ਾਦ ਹੋਣਾ ਵਾ,
ਆਪਣੇ ਆਪ ਤੋਂ ਮੁਕਤ ਹੋਣਾ, ਫਿਰ ਆਪਣੇ ਆਪ ਨੂੰ ਮਿਲਣਾ, ਮਤਲਬ ਉਸ ਲੈਵਲ ਤੇ ਜਾ ਕੇ ਉਹ ਕਵਿਤਾ ਨੂੰ ਮੈਂ ਮਤਲਬ ਮੇਰੇ ਅੰਦਰ ਆਪਣੇ ਆਪ ਨੂੰ ਮੈਂ ਟ੍ਰੀਟ ਕੀਤਾ ਕਿ ਮਤਲਬ ਕਿਵੇਂ ਵਾਪਰਦਾ ਵਾ ਤੇ ਇਵੇਂ ਹੁੰਦਾ ਨਹੀਂ, ਉਹ ਅੰਦਰ ਇੱਕ ਹੋਰ ਡੂੰਘੇ ਅਰਥ ਚੱਲ ਰਹੇ ਸੀ। ਮੈਂ ਉਹ ਸਿਰਫ ਸੈਂਡਲ ਨਹੀਂ ਸੀ, ਜਿੱਦਾਂ ਤੁਹਾਨੂੰ ਉਹਨਾਂ ਨੇ ਸਵਾਲ ਕੀਤਾ, ਮਤਲਬ ਤੁਸੀਂ ਉਹਨੂੰ ਜਵਾਬ ਦਿੱਤਾ ਬਹੁਤ ਲਾਈਟਲੀ ਜਿਹਾ ਲਿਆ ਵੀ ਵੀ ਸੈਂਡਲ ਪਾਉਂਦੇ ਹੀ ਮਤਲਬ ਆਇਆ। ਮੈਂ ਨਹੀਂ ਸਮਝਦਾ ਕਿ ਉਹ ਸੈਂਡਲ ਪਾਉਂਦੇ ਹੀ ਵਿਚਾਰ ਆਇਆ ਹੋਊਗਾ, ਮਤਲਬ ਉਹ ਬੰਦਿਸ਼ ਦੇ ਤੌਰ ਤੇ ਸੈਂਡਲ ਨੂੰ ਤੁਸੀਂ ਸਿੰਬਲ ਵਜੋਂ ਜ਼ਰੂਰ ਉਹਨੂੰ ਵਰਤਿਆ ਹੋਊਗਾ। ਉਸ ਨਜ਼ਮ ਦੇ ਕੋਈ ਵਿਸਥਾਰ ਵਿੱਚ ਜਾਣਾ ਚਾਹੋਗੇ ਤੁਸੀਂ, ਮਤਲਬ ਮਤਲਬ ਮੈਂ ਚਾਹੁੰਦਾ ਕਿ ਜਿੰਨਾ ਪਲਾਂ ਚੋਂ ਲੰਘਦਿਆਂ, ਸਿਰਜਣਾਤਮਕ ਪਲਾਂ ਚੋਂ ਲੰਘਦਿਆਂ ਤੁਸੀਂ ਉਸ ਕਵਿਤਾ ਦੇ ਨੇੜੇ ਪਹੁੰਚੇ ਹੋਗੇ, ਜਾਂ ਉਹ ਕਵਿਤਾ ਤੁਹਾਡੀ ਇੰਨੀ ਜ਼ਿਆਦਾ ਨੇੜੇ ਹੋਊਗੀ ਤੇ ਇੰਨੀ ਜ਼ਿਆਦਾ ਖੂਬਸੂਰਤ ਕਵਿਤਾ ਤਾਂ ਹੀ ਲਿਖੀ ਗਈ ਇਹ ਕਵਿਤਾ। ਹਾਂ, ਉਹ ਕਵਿਤਾ ਦਾ ਜਿਹੜਾ ਮੈਟਾਫਰ ਹੈ ਨਾ, ਉਹ ਤੇ ਤਤਕਾਲੀ ਹੋਈ, ਮਤਲਬ ਸੈਂਡਲ ਪਾਉਂਦੀ ਹੀ ਕਿਸੇ ਦਿਨ ਆ ਗਿਆ, ਵਾਕਈ ਖਿਆਲ ਆ ਗਿਆ ਕਿ ਵੀ ਇਹ ਮੇਰੀ ਗੱਲ ਕਹਿ ਸਕਦੀ, ਮਤਲਬ ਇਹ ਮੈਟਾਫਰ ਮੇਰੀ ਗੱਲ ਕਹਿ ਸਕਦਾ। ਲੇਕਿਨ ਉਹਦੇ ਪਿੱਛੇ ਜਿਹੜਾ ਅਨੁਭਵ ਹੈ ਉਹ ਤੇ 30-35 ਸਾਲਾਂ ਦਾ ਤੁਹਾਨੂੰ ਬਹੁਤ ਸਾਰਿਆਂ ਨੂੰ ਇਹ ਗੱਲ ਪਤਾ ਹੋਏਗੀ ਕਿ ਬਈ ਜਿਸ ਵੇਲੇ ਮੈਂ ਲਿਖਣ ਦੇ ਸਾਰੇ ਖੇਤਰ ਚ ਆਈਆਂ ਚ ਆਪਣਾ ਸ਼ੁਰੂ ਹੋਈ ਆ, ਉਹ ਸ਼ੁਰੂ ਸ਼ੁਰੂ ਚ ਤੇ ਅਸੀਂ ਚਿੱਠੀਆਂ ਬੜੀਆਂ ਆਉਂਦੀਆਂ ਸੀ, ਤੇ ਉਹ ਕੋਈ ਬੰਦਾ ਸੀਗਾ ਉਹਦੀ ਚਿੱਠੀਆਂ ਆਈਆਂ, 2-4 ਚਿੱਠੀਆਂ ਆਈਆਂ ਹਾਲੇ, ਪਤਾ ਨਹੀਂ ਮੈਂ ਵੀ ਬੜਾ ਸਿੰਪਲ ਜਿਹਾ ਹੀ ਜਵਾਬ ਦਿੱਤਾ ਉਹਨੂੰ, ਤੇ ਥੋੜੇ ਦਿਨਾਂ ਬਾਅਦ ਉਹਦੀ ਬੀਵੀ ਦੀ ਚਿੱਠੀ ਆ ਗਈ। ਅੱਛਾ, ਉਹਨੇ ਕੀ ਲਿਖਿਆ ਤੁਸੀਂ ਸਮਝ ਨਹੀਂ ਸਕਦੇ ਵੀ ਉਹਨੇ ਕੀ ਲਿਖਿਆ ਹੋਊਗਾ। ਤਾਂ ਇਸ ਤਰ੍ਹਾਂ ਦੇ ਐਕਸਪੀਰੀਅੰਸ ਜਦੋਂ ਮੇਰੇ ਹੋਏ ਨਾ, ਤੇ ਮੈਂ ਉਹ ਸੈਲਫ ਡਿਸਿਪਲਿਨ ਇਹੀ ਸੀ ਵੀ ਜਿਵੇਂ ਮੈਂ ਬਾਹਰ ਘਰ ਬਣਾਇਆ ਆਪਣਾ, ਤੇ ਮੈਂ ਉਦੋਂ ਆਪਣੇ ਜੋ ਵੀ ਮੇਰੇ ਕੋਈ ਮਿਲਦਾ ਸੀਗਾ ਤੇ ਮੈਨੂੰ ਕਹਿੰਦੇ ਸੀ ਜੀ ਮੇਰੇ ਘਰ ਨਾ ਰਾਤ ਰਹਿਣਾ ਅਲਾਊਡ ਨਹੀਂ ਹੈ। ਇਹ ਤੁਹਾਨੂੰ ਮੈਨੂੰ ਅੱਜ ਅਵਤਾਰ ਜੀ ਤੇ ਕਹਿ ਰਹੇ ਸੀ ਵੀ ਮੈਂ ਤੁਹਾਡੇ ਬਾਰੇ ਸੋਚਦਾ ਸੀ ਵੀ ਇਹ ਬੜੀ ਨਾ ਡੋਮੀਨੇਟਿੰਗ ਜਿਹੀ ਔਰਤ ਹੈ, ਵੀ ਮੈਂ ਜੇ ਕੋਈ ਗੱਲ ਕਹਾਂਗਾ ਤੇ ਵੀ ਮੇਰੀ ਬੇਇੱਜ਼ਤੀ ਨਾ ਕਰ ਦੇਵੇ। ਜਦੋਂ ਤੁਸੀਂ ਇਕੱਲੇ ਰਹਿਣ ਦਾ ਫੈਸਲਾ ਲਿਆ ਹੋਵੇ ਤੇ ਉਹ ਤੁਹਾਨੂੰ ਉਹ ਸੈਲਫ ਡਿਸਿਪਲਿਨ, ਉਹ ਤੁਹਾਨੂੰ ਇੱਕ ਆਪਣੇ ਆਪ ਜਿਹੜਾ ਨਾ ਤੁਹਾਡੇ ਆਪਣੇ ਖੇਤਰ 'ਚ ਰਹਿੰਦਿਆਂ ਹੋਇਆਂ ਤੁਹਾਡੇ ਅੰਦਰ ਆ ਜਾਂਦਾ। ਵੈਸੇ ਹੁਣ ਤੁਸੀਂ ਸਾਰੇ, ਤੁਸੀਂ ਉਹ ਵਿਸ਼ਾਲ ਹੈ, ਕੌਂਕੇ ਹੈ, ਅਸੀਂ ਜਿਹੜੇ ਸਾਰੇ ਇਕੱਠੇ ਉਭਰੇ ਸੀਗੇ, ਦਰਵੇਸ਼ ਹੈ, ਸਾਰੇ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਸਭ ਦੇ ਬਹੁਤ ਨੇੜੇ ਹਾਂ, ਅਸੀਂ ਹਮੇਸ਼ਾ ਬਹੁਤ ਖੁੱਲ੍ਹ ਕੇ ਗੱਲਾਂ ਕਰਦੇ ਹਾਂ, ਐਸਾ ਮੇਰੇ ਅੰਦਰ ਕੋਈ ਉਹ ਨਹੀਂ ਹੈ। ਲੇਕਿਨ ਫਿਰ ਵੀ ਇੱਕ ਆਪਣੀ ਜੀਵਨ ਦੇ ਵਿੱਚ ਜਦੋਂ ਮੈਂ ਇਕੱਲੀ ਰਹੀ ਹੈਗੀ ਹਾਂ, ਇਕੱਲੇ ਰਹਿਣ ਦਾ ਜਦੋਂ ਮੈਂ ਫੈਸਲਾ ਕੀਤਾ, ਸੋ ਇਸ ਕਵਿਤਾ ਦੇ ਅੰਦਰ ਮੇਰਾ ਬੜਾ ਲੰਬਾ ਅਨੁਭਵ ਇਸ ਕਵਿਤਾ ਦੇ ਅੰਦਰ ਪਿਆ ਹੋਇਆ। ਔਰ ਮੈਂ ਉਹਦੀ ਨੈਚੁਰਲ, ਮੈਂ ਉਹਦੀ ਉਦੋਂ ਮਤਲਬ ਜੇ ਇਹਨੂੰ ਅਸੀਂ ਕਹੀਏ ਫੈਮਿਨਿਜ਼ਮ ਵੱਲੋਂ ਲਈਏ, ਤੇ ਕੋਈ ਬੰਦਾ ਮੈਨੂੰ ਇਹ ਕਹਿ ਸਕਦਾ ਵੀ ਮੈਂ ਅਖੀਰ ਤੇ ਜਾ ਕੇ ਉਸ ਫੈਮਿਨਿਜ਼ਮ ਤੋਂ ਮੁੱਕਰ ਗਈ ਹਾਂ, ਲੇਕਿਨ ਇਹ ਨੈਚੁਰਲ ਹੈ। ਮੈਂ ਇੱਕ ਮਤਲਬ ਇਸ ਕਵਿਤਾ ਦੀ ਇਹੀ ਮੈਨੂੰ ਲੱਗਦਾ ਵੀ ਇਹਨੂੰ ਜੋ ਕੁਦਰਤੀ ਮੇਰੇ ਅੰਦਰ ਹੈ ਮੈਂ ਉਹਨੂੰ ਇਹਦੇ 'ਚ ਸਵੀਕਾਰ ਕੀਤਾ ਹੈ। ਬਹੁਤ ਅੱਛਾ।